ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇਹਨਾਂ ਨੂੰ ਜ਼ਰਾ ਗੌਰ ਨਾਲ ਦੇਖੋ। ਪੈਟਰੋਲ ਪੰਪ 'ਤੇ ਬਾਈਕ 'ਤੇ ਸਵਾਰ ਹੋ ਕੇ ਆਏ ਦੋ ਲੁਟੇਰੇ, ਜਿਨ੍ਹਾਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇਹਨਾਂ ਨੇ ਪਹਿਲਾਂ ਟੈਂਕੀ ਫੁੱਲ ਕਰਵਾਈ, ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਕਾਰਡ ਸਵਾਈਪ ਕਰਨ ਦੇ ਲਈ ਕਿਹਾ। ਜੋ ਹੀ ਪੰਪ ਦਾ ਕਰਿੰਦਾ ਮਸ਼ੀਨ ਚੁੱਕ ਕੇ ਲੈ ਕੇ ਆਇਆ, ਬਾਈਕ ਦੇ ਪਿੱਛੇ ਬੈਠਾ ਇੱਕ ਨੌਜਵਾਨ ਜਿਸਨੇ ਪੰਪ ਦੇ ਕਰਿੰਦੇ ਦੀ ਜੇਬ ਨੂੰ ਹੱਥ ਪਾ ਲਿਆ ਔਰ 33,000 ਖੋ ਲਏ। ਇੰਨੇ ਨੂੰ ਬਾਈਕ ਚਲਾ ਰਿਹਾ ਨੌਜਵਾਨ ਥੱਲੇ ਉਤਰ ਗਿਆ, ਜਿਸਨੇ ਤਲਵਾਰ ਦੇ ਨਾਲ ਪੰਪ ਦੇ ਕਰਿੰਦੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਖਿੱਚਤੂ ਕੀਤੀ ਔਰ ਮੌਕੇ ਤੋਂ ਫਰਾਰ ਹੋ ਗਏ। ਪੂਰਾ ਕਾਰਨਾਮਾ ਇਹਨਾਂ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇਸ ਤਰੀਕੇ ਦੇ ਨਾਲ ਪੈਟਰੋਲ ਪੰਪ 'ਤੇ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਲੁੱਟ ਕੀਤੀ ਗਈ। ਉਮਰ ਇਹਨਾਂ ਦੀ 20-22 ਸਾਲ ਦੀ ਲੱਗ ਰਹੀ ਹੈ, ਜਿਨ੍ਹਾਂ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਪਟਿਆਲਾ ਦੇ ਰਾਜਪੁਰਾ ਰੋਡ 'ਤੇ ਪਿੰਡ ਮੁਰਾਦਪੁਰ ਦੇ ਨੇੜੇ ਇੱਕ ਪੈਟਰੋਲ ਪੰਪ ਹੈ, ਜਿੱਥੇ ਇਹਨਾਂ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਪੰਪ ਦੇ ਕਰਿੰਦੇ ਦੀ ਜੇਬ ਦੇ ਵਿੱਚ ਪਾਏ 33,000 ਲੁੱਟੇ ਔਰ ਫਿਰ ਤਲਵਾਰ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਇਹਨਾਂ ਨੇ ਆਪਣੇ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਵਾਈ, ਫਿਰ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਫਿਰ ਤੀਸਰੀ ਅੱਖ ਤੋਂ ਬਚ ਨਾ ਸਕੇ। ਕੈਮਰੇ ਦੇ ਵਿੱਚ ਇਹਨਾਂ ਦਾ ਕਾਰਨਾਮਾ ਕੈਦ ਹੋਇਆ। ਪਟਿਆਲਾ ਦੇ ਰਾਜਪੁਰਾ ਰੋਡ 'ਤੇ ਪਿੰਡ ਮੁਰਾਦਪੁਰ ਦੇ ਨੇੜੇ ਦੀਆਂ ਤਸਵੀਰਾਂ ਨੇ, ਜਿੱਥੇ ਪੈਟਰੋਲ ਪੰਪ 'ਤੇ ਇਹਨਾਂ ਬਾਈਕ ਸਵਾਰਾਂ ਦੇ ਵੱਲੋਂ ਲੁੱਟ ਕੀਤੀ ਗਈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇਹਨਾਂ ਨੂੰ ਜ਼ਰਾ ਗੌਰ ਨਾਲ ਦੇਖੋ। ਪੈਟਰੋਲ ਪੰਪ 'ਤੇ ਬਾਈਕ 'ਤੇ ਸਵਾਰ ਹੋ ਕੇ ਆਏ ਦੋ ਲੁਟੇਰੇ, ਜਿਨ੍ਹਾਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇਹਨਾਂ ਨੇ ਪਹਿਲਾਂ ਟੈਂਕੀ ਫੁੱਲ ਕਰਵਾਈ, ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਕਾਰਡ ਸਵਾਈਪ ਕਰਨ ਦੇ ਲਈ ਕਿਹਾ। ਜੋ ਹੀ ਪੰਪ ਦਾ ਕਰਿੰਦਾ ਮਸ਼ੀਨ ਚੁੱਕ ਕੇ ਲੈ ਕੇ ਆਇਆ, ਬਾਈਕ ਦੇ ਪਿੱਛੇ ਬੈਠਾ ਇੱਕ ਨੌਜਵਾਨ ਜਿਸਨੇ ਪੰਪ ਦੇ ਕਰਿੰਦੇ ਦੀ ਜੇਬ ਨੂੰ ਹੱਥ ਪਾ ਲਿਆ ਔਰ 33,000 ਖੋ ਲਏ। ਇੰਨੇ ਨੂੰ ਬਾਈਕ ਚਲਾ ਰਿਹਾ ਨੌਜਵਾਨ ਥੱਲੇ ਉਤਰ ਗਿਆ, ਜਿਸਨੇ ਤਲਵਾਰ ਦੇ ਨਾਲ ਪੰਪ ਦੇ ਕਰਿੰਦੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਖਿੱਚਤੂ ਕੀਤੀ ਔਰ ਮੌਕੇ ਤੋਂ ਫਰਾਰ ਹੋ ਗਏ। ਪੂਰਾ ਕਾਰਨਾਮਾ ਇਹਨਾਂ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇਸ ਤਰੀਕੇ ਦੇ ਨਾਲ ਪੈਟਰੋਲ ਪੰਪ 'ਤੇ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਲੁੱਟ ਕੀਤੀ ਗਈ। ਉਮਰ ਇਹਨਾਂ ਦੀ 20-22 ਸਾਲ ਦੀ ਲੱਗ ਰਹੀ ਹੈ, ਜਿਨ੍ਹਾਂ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਪਟਿਆਲਾ ਦੇ ਰਾਜਪੁਰਾ ਰੋਡ 'ਤੇ ਪਿੰਡ ਮੁਰਾਦਪੁਰ ਦੇ ਨੇੜੇ ਇੱਕ ਪੈਟਰੋਲ ਪੰਪ ਹੈ, ਜਿੱਥੇ ਇਹਨਾਂ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਪੰਪ ਦੇ ਕਰਿੰਦੇ ਦੀ ਜੇਬ ਦੇ ਵਿੱਚ ਪਾਏ 33,000 ਲੁੱਟੇ ਔਰ ਫਿਰ ਤਲਵਾਰ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਇਹਨਾਂ ਨੇ ਆਪਣੇ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਵਾਈ, ਫਿਰ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਫਿਰ ਤੀਸਰੀ ਅੱਖ ਤੋਂ ਬਚ ਨਾ ਸਕੇ। ਕੈਮਰੇ ਦੇ ਵਿੱਚ ਇਹਨਾਂ ਦਾ ਕਾਰਨਾਮਾ ਕੈਦ ਹੋਇਆ। ਪਟਿਆਲਾ ਦੇ ਰਾਜਪੁਰਾ ਰੋਡ 'ਤੇ ਪਿੰਡ ਮੁਰਾਦਪੁਰ ਦੇ ਨੇੜੇ ਦੀਆਂ ਤਸਵੀਰਾਂ ਨੇ,
ਜਿੱਥੇ ਪੈਟਰੋਲ ਪੰਪ ਤੇ ਇਹਨਾਂ ਬਾਈਕ ਸਵਾਰਾਂ ਦੇ ਵੱਲੋਂ ਲੁੱਟ ਕੀਤੀ ਗਈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।